ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਓਫਿਸ਼ਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ। ਪੰਜਾਬ ਦੇ ਵਿੱਚ ਲੇਟੈਸਟ ਨੋਟੀਫਿਕੇਸ਼ਨ ਜਿਹੜਾ ਜੀ ਭਰਤੀਆਂ ਦਾ, ਉਹ ਆਊਟ ਕਰ ਦਿੱਤਾ ਗਿਆ, ਜਿਸ ਦੇ ਵਿੱਚ 4660 ਪੋਸਟਾਂ ਦੇ ਲਈ ਨੋਟੀਫਿਕੇਸ਼ਨ ਜਿਹੜਾ ਜੀ ਰਹਿਣ ਵਾਲਾ ਹੈ। ਸਭ ਤੋਂ ਵੱਡੀ ਗੱਲ ਇਹ ਹੈ, 10ਵੀਂ ਪਾਸ ਬੇਸਿਕ ਕੁਆਲੀਫਿਕੇਸ਼ਨ ਤੁਹਾਡੀ ਮੰਗੀ ਗਈ ਹੈ। ਅਗਰ ਤੁਹਾਡੀ ਹੈਗੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਇਹ ਬਿਲਕੁਲ ਰੈਗੂਲਰ ਵੈਕੈਂਸੀਜ਼ ਦੀ ਮੈਂ ਗੱਲ ਕਰ ਰਿਹਾ, ਇਸ ਦੇ ਵਿੱਚ ਵੱਖ ਵੱਖ ਵੈਕੈਂਸੀਜ਼ ਨੇ। ਮੈਂ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗਾ, ਈਵਨ 12ਵੀਂ ਗ੍ਰੈਜੂਏਸ਼ਨ ਵਾਲੇ ਨਿਰਾਸ਼ ਨਾ ਹੋਣ, ਉਹਨਾਂ ਲਈ ਵੀ ਵੈਕੈਂਸੀਜ਼ ਹੈਗੀਆਂ ਨੇ। ਅਤੇ ਆਪਾਂ ਜ਼ਿਆਦਾ ਗੱਲ ਨਹੀਂ ਕਰਾਂਗੇ, ਸਿੱਧਾ ਚੱਲਾਂਗੇ ਨੋਟੀਫਿਕੇਸ਼ਨ 'ਤੇ। ਲੇਕਿਨ ਚੈਨਲ 'ਤੇ ਫਸਟ ਟਾਈਮ ਆਏ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾਇਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਅਤੇ ਇਸ ਤੋਂ ਇਲਾਵਾ ਹੋਰ ਵੀ ਵੈਕੈਂਸੀਜ਼ ਆਊਟ ਹੋਈਆਂ ਨੇ, ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਮੀਤ ਅਕੈਡਮੀ .in 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਗੂਗਲ 'ਚ ਸਿੰਪਲੀ ਟਾਈਪ ਕਰੋਗੇ ਮੀਤ ਅਕੈਡਮੀ .in, ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਮਿਲ ਜੂਗੀ ਜੀ। ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਸੀਂ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਤੁਸੀਂ ਕਰ ਸਕਦੇ ਹੋ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਸੋ ਇਹ ਨੋਟੀਫਿਕੇਸ਼ਨ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਵੱਲੋਂ ਜਾਰੀ ਕੀਤਾ ਗਿਆ ਜੀ, ਜਿਸ ਦੇ ਵਿੱਚ 14 ਮਈ ਤੱਕ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ, ਤੁਸੀਂ ਇਹ ਦੇਖ ਸਕਦੇ ਹੋ ਜੀ ਨੋਟੀਫਿਕੇਸ਼ਨ ਨੰਬਰ 2024 ਦਾ। ਇਸ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ, ਇਸ ਦੇ ਵਿੱਚ ਕੈਂਡੀਡੇਟ ਨੂੰ 500 ਰੁਪਏ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਪੇ ਕਰਨੀ ਹੋਵੇਗੀ, ਠੀਕ ਹੈ ਜੀ। ਅਤੇ ਜਿਹੜੇ ਰਿਜ਼ਰਵ ਕੈਟਾਗਰੀ ਵਾਲੇ ਨੇ 250 ਰੁਪਏ ਉਹਨਾਂ ਨੂੰ ਪੇ ਕਰਨੀ ਹੈ। ਉਹਨਾਂ ਨੇ ਇੱਥੇ ਕੈਟਾਗਰੀ ਵਾਈਜ਼ ਲਿਖਿਆ ਹੋਇਆ, ਤੁਸੀਂ ਦੇਖ ਸਕਦੇ ਹੋ ਜਿਹੜੀ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ, ਚੈੱਕ ਕਰਕੇ ਉਹੀ ਫੀ ਐਪਲੀਕੇਬਲ ਹੈ, ਪੇ ਕਰ ਦੇਣਾ, ਠੀਕ ਹੈ ਜੀ। ਇਸ ਦੇ ਵਿੱਚ ਦੋ ਤਰ੍ਹਾਂ ਦੀਆਂ ਪੋਸਟਾਂ ਨੇ। ਸਭ ਤੋਂ ਪਹਿਲਾਂ ਤਾਂ ਸਬ ਇੰਸਪੈਕਟਰ ਦੀਆਂ 452 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਕੌਂਸਟੇਬਲ ਦੀਆਂ 4208 ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ, ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰਨਾ ਹੋਵੇਗਾ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਵੈਕੈਂਸੀਜ਼ ਦੇ ਲਈ ਏਜ ਲਿਮਿਟ ਦੀ, ਸਬ ਇੰਸਪੈਕਟਰ ਦੇ ਲਈ 20 ਤੋਂ ਲੈ ਕੇ 28 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਕੌਂਸਟੇਬਲ ਦੇ ਲਈ ਵੀ 20 ਤੋਂ ਲੈ ਕੇ 28 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਹੋਣਗੇ ਜੀ। ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਏਜ ਰਿਲੈਕਸੇਸ਼ਨ ਦੀ, 3 ਤੋਂ ਲੈ ਕੇ 7 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਹੈਗੀ ਹੈ, ਜੋ ਕਿ ਕੈਟਾਗਰੀ ਵਾਈਜ਼ ਦਿੱਤੀ ਹੋਈ ਹੈ, ਜੋ ਕਿ ਤੁਸੀਂ ਚੈੱਕ ਕਰ ਹੀ ਸਕਦੇ ਹੋ ਇੱਥੇ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਸਬ ਇੰਸਪੈਕਟਰ ਦੇ ਲਈ 35400 ਤੁਹਾਡੀ ਸੈਲਰੀ ਰਹੇਗੀ ਅਤੇ ਕੌਂਸਟੇਬਲ ਦੇ ਲਈ 21700 ਇਹ ਸਟਾਰਟਿੰਗ ਸੈਲਰੀਜ਼ ਰਹਿਣਗੀਆਂ ਤੁਹਾਡੀਆਂ, ਠੀਕ ਹੈ ਜੀ। ਕਾਫੀ ਕੈਂਡੀਡੇਟ ਨੇ ਜਿਹੜੇ ਕਿ ਡੀਮੋਟੀਵੇਟਡ ਨੇ ਕਿ ਨਹੀਂ ਮੇਰੀ ਸਿਲੈਕਸ਼ਨ ਨਹੀਂ ਹੋਵੇਗੀ, ਸੋ ਅਪਲਾਈ ਜ਼ਰੂਰ ਕਰਨਾ ਚਾਹੀਦਾ ਅਗਰ ਐਲੀਜੀਬਲ ਹੋ। ਇੱਥੇ ਤੁਹਾਡਾ ਕੰਪਿਊਟਰ ਬੇਸ ਟੈਸਟ ਹੋਏਗਾ ਪਹਿਲਾਂ, ਦੈਨ ਫਿਜ਼ੀਕਲ ਐਫੀਸ਼ੀਐਂਸੀ ਟੈਸਟ PMT, ਫਿਜ਼ੀਕਲ ਮਈਅਰਮੈਂਟ ਟੈਸਟ ਜੇ ਤੁਹਾਡੀ ਮਈਅਰਮੈਂਟ ਹੋਏਗੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੋਏਗੀ ਡਾਕੂਮੈਂਟ ਵੈਰੀਫਿਕੇਸ਼ਨ, ਠੀਕ ਹੈ ਜੀ। ਕੰਪਿਊਟਰ ਬੇਸ ਟੈਸਟ ਦੇ ਵਿੱਚ ਕੀ ਪੈਟਰਨ ਰਹਿਣ ਵਾਲਾ, ਇਸ ਦੇ ਵਿੱਚ ਤਾਂ ਤੁਹਾਡਾ 90 ਮਿੰਟ ਦਾ ਟੋਟਲ ਰਹੇਗਾ, 120 ਕੁਸ਼ਚਨ ਇਹਦੇ ਵਿੱਚ ਹੋਣਗੇ ਜੀ, ਹਰ ਇੱਕ ਕੁਸ਼ਚਨ 1 ਮਾਰਕਸ ਦਾ ਰਹੇਗਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ, ਨੈਗੇਟਿਵ ਮਾਰਕਿੰਗ ਹੈਗੀ ਹੈ ਜੀ 1/3 ਇੱਥੇ। CBT ਜਿਹੜਾ ਮਲਟੀਪਲ ਸ਼ਿਫਟ ਦੇ ਵਿੱਚ ਹੋਵੇਗਾ ਤੁਹਾਡਾ, ਠੀਕ ਹੈ। ਇੱਕ ਸ਼ਿਫਟ ਦੇ ਵਿੱਚ ਨਹੀਂ ਹੋਵੇਗਾ ਕਿ ਇੱਕ ਵਾਰੀ ਸਾਰਿਆਂ ਨੂੰ ਬਿਠਾ ਦਿੱਤਾ ਜਾਵੇਗਾ, ਅਲੱਗ ਅਲੱਗ ਸ਼ਿਫਟ ਹੋਣਗੇ, ਜਿੱਦਾਂ ਸਵੇਰੇ 9 ਤੋਂ 12 ਹੋ ਗਿਆ, ਠੀਕ ਹੈ, 12 ਤੋਂ 4 ਹੋ ਗਿਆ, ਇੱਦਾਂ ਸ਼ਿਫਟਾਂ ਲੱਗਣਗੇ, ਠੀਕ ਹੈ ਜੀ। ਅਤੇ ਮਿਨੀਮਮ ਮਾਰਕਸ ਤੁਹਾਨੂੰ ਜਿਹੜੇ ਲੈਣੇ ਨੇ ਉਹ ਤੁਸੀਂ ਦੇਖ ਸਕਦੇ ਹੋ ਜੀ, SC/ST ਨੂੰ 30% ਹੈ ਅਤੇ OBC/NLC ਨੂੰ 35% ਹੈਗਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਫਿਜ਼ੀਕਲ ਮਈਅਰਮੈਂਟ ਦੇ ਲਈ, ਇੱਥੇ ਪੂਰੀ ਡਿਟੇਲ ਮੈਂ ਮੈਂਸ਼ਨ ਕੀਤੀ ਹੋਈ ਹੈ, ਤੁਸੀਂ ਚੈੱਕ ਕਰ ਸਕਦੇ ਹੋ, ਮੇਲ ਫੀਮੇਲ ਵਾਈਜ਼ ਲਿਖਿਆ ਹੋਇਆ, ਚੈੱਕ ਕਰਕੇ ਅਪਲਾਈ ਕਰਿਓ। ਕੀ ਰਿਕੁਆਇਰਮੈਂਟ ਹੈਗੀ ਹੈ ਤੁਹਾਡੇ ਡਾਕੂਮੈਂਟਸ ਦੀ, ਉਹ ਪੂਰੇ ਡਾਕੂਮੈਂਟ ਮੈਂ ਇੱਥੇ ਲਿਖੇ ਹੋਏ ਨੇ, ਜ਼ਰੂਰ ਪੜ੍ਹ ਲਿਓ, ਠੀਕ ਹੈ ਜੀ। ਬਹੁਤ ਮਿਹਨਤ ਨਾਲ ਮੈਂ ਤੁਹਾਡੇ ਲਈ ਪੋਸਟ ਲਗਾਉਣਾ, ਤੁਸੀਂ ਉਹ ਪੋਸਟ ਨੂੰ ਜ਼ਰੂਰ ਪੜ੍ਹ ਲਿਆ ਕਰੋ। ਅਗਰ ਲਿੰਕ ਡਿਸਕ੍ਰਿਪਸ਼ਨ 'ਚ ਨਹੀਂ ਮਿਲਦਾ ਤਾਂ meetacademy.in ਲਿਖ ਕੇ ਸਰਚ ਕਰ ਸਕਦੇ ਹੋ ਬਰਾਊਜ਼ਰ 'ਚ, ਸਿੱਧਾ ਜਾ ਕੇ ਉੱਥੋਂ ਵੀ ਸਰਚ ਕਰ ਸਕਦੇ ਹੋ, ਠੀਕ ਹੈ ਜੀ। ਔਰ ਕਾਫੀ ਕੈਂਡੀਡੇਟ ਕਹਿੰਦੇ ਨੇ, ਸਰ ਅਸੀਂ ਆਪਣੇ ਲਾਗੇ ਕੈਫੇ ਹੁੰਦਾ ਜੀ ਉੱਥੇ ਜਾਂਦੇ ਹਾਂ, ਉਹ ਅਪਲਾਈ ਨਹੀਂ ਕਰਕੇ ਦਿੰਦੇ। ਅਤੇ ਮੈਂ ਇਹ ਕਹਾਂਗਾ ਕਿ ਅਗਰ ਤੁਸੀਂ ਕੋਈ ਸਰਕਾਰੀ ਜੋਬ ਲੱਗਣੀ ਹੈ ਨਾ, ਤਾਂ
ਸਭ ਤੋਂ ਪਹਿਲਾਂ ਤਾਂ ਅਪਲਾਈ ਕਰਨਾ ਖੁਦ ਸਿੱਖੋ, ਠੀਕ ਹੈ ਜੀ। ਮੋਬਾਈਲ ਤੋਂ ਵੀ ਅਪਲਾਈ ਕਰ ਲੈਂਦੇ ਨੇ ਕਰਨ ਵਾਲੇ, ਅਗਰ ਤੁਸੀਂ ਕਰਨਾ ਚਾਹੋ ਤਾਂ ਇਹ 'ਚ ਕੋਈ ਔਖਾ ਸਟੈਪ ਨਹੀਂ ਹੁੰਦਾ ਜੀ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰਨਾ ਪੈਂਦਾ, ਤੁਹਾਨੂੰ ਰਜਿਸਟ੍ਰੇਸ਼ਨ ਲਈ ਤੁਹਾਡਾ ਇੱਕ ਮੋਬਾਈਲ ਨੰਬਰ ਚਾਹੀਦਾ ਹੁੰਦਾ ਜੀ, ਠੀਕ ਹੈ ਜੀ। ਦੂਜਾ ਤੁਹਾਡਾ ਈਮੇਲ ਆਈਡੀ, ਇਹ ਦੋਨੋਂ ਵਰਕਿੰਗ ਹੋਣੇ ਚਾਹੀਦੇ, ਤਾਂ ਹੀ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਪਾਓਗੇ, ਠੀਕ ਹੈ ਜੀ। ਮੈਂ ਤੁਹਾਨੂੰ ਇਹੀ ਚੀਜ਼ਾਂ ਕਹਾਂਗਾ, ਅਗਰ ਮੈਂ ਤੁਹਾਨੂੰ ਇਹ ਕਰਕੇ ਦਿਖਾਵਾਂਗਾ ਤਾਂ ਮਾਈਟ ਵੀ ਹੋ ਜਾਵੇ ਸਾਡੀ ਵੀਡੀਓ ਰਿਮੂਵ ਹੋ ਜਾਵੇ, ਇਸ ਕਰਕੇ ਮੈਂ ਅਪਲਾਈ ਕਰਕੇ ਨਹੀਂ ਦਿਖਾ ਸਕਦਾ, ਕਿਉਂਕਿ ਉਹਦੇ ਵਿੱਚ ਪਰਸਨਲ ਡੇਟਾ ਹੁੰਦਾ ਅਤੇ ਕਿਤੇ ਵੀ ਪਰਸਨਲ ਡੇਟਾ ਈਮੇਲ ਆਈ ਡੀ ਮੋਬਾਈਲ ਨੰਬਰ ਦਿਖਦਾ ਹੈ ਤਾਂ ਵੀਡੀਓ ਯੂਟਿਊਬ ਵੱਲੋਂ ਰਿਮੂਵ ਕਰ ਦਿੱਤੀ ਜਾਂਦੀ ਹੈ। ਬਾਕੀ ਕਿਸੇ ਤਰ੍ਹਾਂ ਦਾ ਹੋਰ ਹੈਲਪ ਚਾਹੀਦੀ ਹੋਵੇ ਤਾਂ ਜ਼ਰੂਰ ਦੱਸਿਓ, ਇਹੀ ਪ੍ਰੋਸੈਸ ਫੋਲੋ ਕਰਕੇ ਅਪਲਾਈ ਕਰੀਏ, ਕੋਈ ਦਿੱਕਤ ਨਹੀਂ ਆਊਗੀ। ਬਾਕੀ ਕੋਈ ਹੋਰ ਹੈਲਪ ਚਾਹੀਦੀ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਮਿਲਦਾ ਹੈ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।